ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਤੇ ਵੈਲਕਮ ਬੈਕ ਟੂ ਦੀ ਚੈਨਲ ਜੈ ਸਰ ਕੈਨੇਡਾ। ਸੋ ਹੋਪ ਕਰਦੇ ਹਾਂ ਤੁਸੀਂ ਸਾਰੇ ਘੈਂਟ ਹੋਵੋਗੇ, ਤੇ ਆਪਾਂ ਤੁਸੀਂ ਦੇਖ ਸਕਦੇ ਹੋ ਘੈਂਟ ਹੀ ਘੈਂਟ ਆ, ਸੂਟ ਸਾਟ ਪਾ ਕੇ ਆਪਾਂ ਰੈਡੀ ਹਾਂ। ਕਿ ਲਾਸਟ ਵਲੌਗ ਤੁਸੀਂ ਦੇਖਿਆ, ਤੁਹਾਨੂੰ ਪਤਾ ਹੋਣਾ ਆਪਣੇ ਕਲੀਗ ਦੀ ਹੈਗੀ ਆ ਰਿਸੈਪਸ਼ਨ ਪਾਰਟੀ। ਸੋ ਕੰਮ ਤੋਂ ਆ ਕੇ ਮੈਂ ਤਾਂ ਚੇਂਜ ਚੂੰਜ ਕਰ ਲਿਆ, ਅਤੇ ਮਾਰਸ਼ ਨੂੰ ਛੱਡ ਆਇਆ ਸੀ ਉਹਦੇ ਪਾਰਲਰ ਜਿੱਥੇ ਉਹ ਰੈਡੀ ਹੋਣ ਗਈ ਆ। ਸੋ ਮੈਂ ਤਾਂ ਘਰ ਆ ਕੇ ਰੈਡੀ ਰੁਡੀ ਹੋ ਗਿਆ, ਹੁਣ ਆਪਾਂ ਫਾਈਨਲੀ ਨਿਕਲਦੇ ਹਾਂ, ਕਿਉਂਕਿ ਲੇਟ ਹਰ ਵਾਰੀ ਦੀ ਤਰ੍ਹਾਂ ਆਪਾਂ ਬਹੁਤ ਜ਼ਿਆਦਾ ਆ। ਸੋ ਨਿਕਲਦੇ ਹਾਂ ਆਪਾਂ। ਐਂਡ ਆ ਹੈਗੇ ਆ ਜੀ ਗਿਫਟ, ਦੋ ਗਿਫਟ ਹੈਗੇ ਆ। ਸੋ ਇਹਨੂੰ ਲੈ ਕੇ ਆਪਾਂ ਹੁਣ ਨਿਕਲਦੇ ਹਾਂ, ਕਿਉਂਕਿ ਟਾਈਮ ਹੋ ਗਿਆ 8:30 ਹੋ ਗਿਆ। ਸੋ ਬਾਹਰ ਵੀ ਹਨੇਰਾ ਜਿਹਾ ਪਈ ਜਾਂਦਾ, ਹਜੇ ਮਰਸ਼ ਨੂੰ ਸਲੂਨ ਤੋਂ ਚੱਕਣਾ, ਫਿਰ ਦੈਨ ਆਪਾਂ ਹੋਟਲ ਜਾਣਾ। ਸੋ ਚਲੋ ਹੁਣ ਆਪਾਂ ਗਿਫਟ ਲੈ ਕੇ ਪਹਿਲਾਂ ਨਿਕਲਦੇ। ਸੋ ਇੱਧਰ ਆਪਣੀ ਰਾਣੀ ਵੀ ਰੈਡੀ ਹੈ ਜੀ, ਅਤੇ ਹੁਣ ਆਪਾਂ ਚੱਲਦੇ ਹਾਂ, ਟਾਈਮ ਨਾਲ ਨਿਕਲੀਏ। ਸੋ ਇੱਥੋਂ ਹੈਗੀ ਹੈ ਜੀ 1/2 ਘੰਟੇ ਦੀ ਡਰਾਈਵ, ਪਹਿਲਾਂ ਚੱਕਣਾ ਅਰਸ਼ ਨੂੰ, ਫਿਰ ਉੱਥੋਂ 10 ਮਿੰਟ ਦੀ ਡਰਾਈਵ ਆ ਸਿੱਧੇ ਪੈਲਸ ਦੀ, ਅਤੇ ਆਪਾਂ ਹੁਣ ਨਿਕਲਦੇ ਹਾਂ, ਅਤੇ 1/2 ਘੰਟਾ ਆਪਾਂ ਨੂੰ ਲੱਗ ਜਾਣਾ ਜਾਂਦੇ ਜਾਂਦੇ। ਸੋ ਮੈਂ ਪਹੁੰਚ ਗਿਆ ਜੀ ਘਰ ਦੇ ਬਾਹਰ, ਅਤੇ ਹੁਣ ਬੀਬਾ ਜੀ ਨੂੰ ਫੋਨ ਕਰਦੇ, ਆ ਜਾਓ ਬਾਹਰ ਚੱਲੀਏ। ਹਾਏ ਹਾਏ ਸੋਹਣੇ ਹੋ, ਬਹੁਤ ਜ਼ਿਆਦਾ ਸੋਹਣਾ, ਬਹੁਤ ਹੀ ਜ਼ਿਆਦਾ ਸੋਹਣਾ। ਲਿਆ ਲਿਆ ਮੈਨੂੰ ਫੜਾ ਦੇ, ਲਿਆ ਵੀ ਫੜਾ ਦੇ ਦੇ ਦੇ, ਬਹੁਤ ਸੋਹਣੀ ਲੱਗ ਰਹੀ ਹੈ। ਹਾਂ ਮੈਂ ਬਲੇਜ਼ਰ ਲਾ ਲਿਆ, ਮੈਂ ਕਿਹਾ ਚੱਲ ਉੱਥੇ ਜਾ ਕੇ ਪਾ ਲਾਂਗੇ, ਘੈਂਟ ਪੂਰੀ ਇਸ਼ਕ। ਚੱਲ ਬੈਠ ਜਾ, ਹੁਣ ਟਾਈਮ ਹੋ ਗਿਆ ਆਪਣਾ, ਬਹੁਤ ਜ਼ਿਆਦਾ ਲੇਟ ਆ। ਚੱਲ ਹੈਂ ਅੰਦਰ ਕਰ ਲਾ ਚੰਗੀ ਤਰ੍ਹਾਂ, ਪਹਿਲਾਂ ਸਾਰਾ ਹੋ ਗਿਆ ਨਾ। ਕੋਈ ਨਾ ਖੋਲ ਜੂਗੀ, ਵੱਡਾ ਬਹੁਤ ਸੋਹਣੀ ਲੱਗ ਰਹੀ ਹੈ। ਚਲੋ ਉਧਰ ਨੂੰ ਚਲੋ, ਉਧਰ ਨੂੰ ਚੱਲ ਪੋ। ਗਿਫਟ ਬਾਅਦ ਚ ਲੈ ਜਾਂਦੇ ਆ ਨਾ, ਅੰਦਰ ਜਾ ਕੇ ਰੌਣਕ ਮੇਲਾ ਵੇਖੀਏ। ਦੱਸ ਸੋਹਣਾ ਬਣਿਆ, ਰੌਣਕ ਪੂਰੀ ਲੱਗ ਗਈ ਯਾਰ, ਮਜ਼ਾ ਆ ਗਿਆ ਹਨਾ, ਇੰਜੋਏ ਹੋ ਗਿਆ। ਹਾਂ ਸਹੀ ਆ, ਆਪਾਂ ਹਜੇ ਅੰਦਰ ਵੜੇ ਸੀ, ਆਪਾਂ ਲੇਟ ਸੀ ਨਾ, ਸੋ ਸਾਰੇ ਭੰਗੜਾ ਹੀ ਪਾ ਰਹੇ ਸੀ ਤੇ ਮਜ਼ਾ ਆ ਗਿਆ। ਅਪਕਮਿੰਗ ਵਲੌਗਸ ਦੀ ਗਾਈਸ ਬਹੁਤ ਸਾਰੇ ਸਰਪ੍ਰਾਈਜ਼ਸ ਨੇ ਯਾ, ਕੈਂਟ ਕੈਂਟ ਸਟੇ ਅਪਡੇਟਡ ਔਨ ਚੈਨਲ। ਬਸ ਹੁਣ ਭੰਗੜੇ ਵਾਲੀ ਤਿਆਰ ਹੋ ਜਾਓ,
ਵਾਲ ਸੈੱਟ ਕਰਨਾ ਤੂੰ ਵਾਲ ਸਾਰੇ ਪਸੀਨਾ ਪਸੀਨਾ ਨੱਚੇ ਥੋੜਾ ਆ ਟਾਈਮ ਕਿੰਨਾ ਹੋ ਗਿਆ 11:30 ਠੀਕ ਆ ਟਾਈਮ ਤਾਂ ਨਹੀਂ ਇੰਨਾ ਹੋਇਆ ਨਾ ਇੰਨੇ ਕੁ ਵਜੇ ਆਪਾਂ ਵੈਸੇ ਵੀ ਬਾਹਰ ਹੀ ਤੁਰਦੇ ਫਿਰਦੇ ਰਹਿੰਦੇ ਹਾਂ ਇਹਦੇ ਕੱਲ ਅਸੀਂ 2:30 ਵਜੇ ਆਏ ਹਾਂ ਗਿਫਟਸ ਲੈ ਕੇ ਸਹੀ ਆ ਗਿਫਟਸ ਬਾਅਦ ਚ ਦਿੰਨੇ ਉਹਨਾਂ ਨੂੰ ਜਦੋਂ ਇੱਕ ਵਾਰੀ ਫ੍ਰੀ ਹੋ ਜਾਣਾ ਨਾ ਆ ਜਾ ਝਾਈ ਮੈਂ ਕਿਹਾ ਫੋਟੋ ਖਿੱਚ ਦੋ ਚੱਲ ਓਏ ਦੱਸ ਹੈ ਉਹਦੀ ਦੀ ਕੋਈ ਗੱਲ ਨਹੀਂ ਆਪਣੀ ਨੂੰ ਝਰੀਟ ਨਹੀਂ ਲੱਗਣੀ ਚਾਹੀਦੀ ਹਾਂ ਉਹ ਤਾਂ ਮੰਨ ਲਾ ਹਾਂ ਚਲੋ ਆ ਜਾਓ ਡਰੈਸ ਸੋਹਣੀ ਲੱਗੀ ਜਾਂਦੀ ਹੈ ਬਹੁਤ ਜ਼ਿਆਦਾ ਸੋਹਣੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਜੱਸ ਹਾਂਜੀ ਪਾਜੀ ਆਣੇ ਚਾਹੀਦੇ ਵਲੌਗ ਚ ਨਾ ਨਾ ਜੱਸ ਬਾਅਦ ਚ ਇੱਧਰ ਕੁਛ ਇੱਧਰ ਸਲਾਹ ਸਾਰਿਆਂ ਦੀ ਇਹ ਹੋਈ ਹੈ ਕਿ ਗਿਫਟ ਦਈਏ ਆਪਾਂ ਟਾਈਮ ਸਿਰ ਸਾਰੇ ਹੈਪੀ ਭਾਜੀ ਆ ਜਾਓ ਗਿਫਟ ਵਾਲੀ ਸਾਈਡ ਤੇ ਪਿਆ ਆ ਇਸ ਵਾਲੀ ਸਾਈਡ ਪਿਆ ਸਾਡਾ ਵਾਲਾ ਕਿੱਥੇ ਆ ਪਿੱਛੇ ਅੱਬੇ ਉਹ ਤੇ ਡਿੱਗੀ ਚ ਉਹਦੇ ਚ ਹੋਣਾ ਇਹ ਰਸ਼ ਪੈ ਗਈ ਤਾਂ ਬਹੁਤ ਉੱਡ ਗਈ ਸੀ ਯਾਰ ਉੱਡਾ ਨਾ ਹੈ ਕੁੜੀ ਚ $20 ਪਲੱਸ ਟੈਕਸ ਮੈਂ ਕੀਤੀ ਹੈ ਓਏ $20 ਪਲੱਸ ਟੈਕਸ ਜੇ ਕੈਸ਼ ਦੇ ਦੋਗੇ ਟੈਕਸ ਬਚਾ ਦਾਂਗੇ ਆ ਜਾਓ ਰੈਸਟ ਕਰ ਲਈਏ ਕਿਉਂਕਿ ਕੱਲ ਨੂੰ ਇੱਕ ਹੋਰ ਸੋਹਣਾ ਜਿਹਾ ਸਾਡਾ ਫੰਕਸ਼ਨ ਆ ਤੇ ਹਾਂ ਉਹਦੀ ਵੀ ਅਪਡੇਟ ਛੇਤੀ ਮਿਲੂਗੀ ਤੁਹਾਨੂੰ ਡਰੈਸ ਕਿੱਦਾਂ ਲੱਗੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਡਰੈਸ ਸ਼ਾਪਿੰਗ ਵਾਲਾ ਵਲੌਗ ਤਾਂ ਤੁਸੀਂ ਦੇਖ ਹੀ ਲਿਆ ਹੋਊਗਾ ਤੇ ਬਾਕੀ ਇੰਸਟਾਗ੍ਰਾਮ ਤੇ ਪਿਕਚਰਸ ਵੀਡੀਓਜ਼ ਜ਼ਰੂਰ ਦੇਖਿਓ ਜਾ ਕੇ ਹਾਂ ਮੈਂ ਤਾਂ ਥੱਕ ਗਿਆ ਪੂਰਾ ਮੇਰਾ ਫੇਸ ਚੇਂਜ ਹੋ ਗਿਆ ਥਕਾਵਟ ਵਾਲਾ ਹੁਣ ਤਾਂ ਸਾਰਾ ਆਲ ਡਨ ਨਾ ਆਲ ਡਨ ਨਾ ਚਾਹ ਪੀ ਲਿਆ ਯਾਰ ਥੋੜੀ ਥੋੜੀ ਹੈ ਹਾਂ ਚਾਹ ਪੀਨੇ ਆ ਸੱਚੀ ਸੋ ਜੰਨੇ ਆ ਹਾਂ ਕਿਉਂਕਿ ਟਾਈਮ ਹੋ ਚੁੱਕਿਆ ਹੈ 1:30 ਵਜ ਗਏ ਆ ਰਾਤ ਦੇ ਤੇ ਆਪਾਂ ਸਵੇਰੇ 5 ਵਜੇ ਫੇਰ ਉੱਠਣਾ ਤਾਂ 5 ਵਜੇ ਜਾਣਾ ਸਵੇਰੇ ਫੇਰ ਰੈਡੀ ਹੋਣਾ ਤੇ ਬਾਕੀ ਚਲੋ ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਛੋਟਾ ਜਿਹਾ ਵਧੀਆ ਲੱਗਾ ਹੋਊਗਾ ਤੇ ਛੋਟਾ ਜਿਹਾ ਵਲੌਗ ਆ ਰੈਂਡਮ ਜਿਹਾ ਜ਼ਿਆਦਾ ਸ਼ੂਟ ਨਹੀਂ ਕਰ ਪਾਏ ਸੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਕੈਂਟ ਜੀ ਦੇ ਬਾਏ ਬਾਏ ਗਾਇਸ ਬਾਕੀ ਚੈਨਲ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਛੋਟਾ ਜਿਹਾ ਵਲੌਗ ਸੀ ਹੋਪ ਯੂ ਲਾਈਕਡ ਇਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਟੇ ਅਪਡੇਟਡ ਔਨ ਚੈਨਲ ਤੇ ਮਿਲਦੇ ਆ ਨੈਕਸਟ ਵੀਡੀਓਸ ਬਾਏ ਬਾਏ ਟੇਕ ਕੇਅਰ ਲਵ ਯੂ ਆਲ ਬਾਏ